ਆਪਣੇ ਮੈਂ ਜਦੋਂ ਜੇਲ੍ਹ 'ਚ ਸੀ ਨਾ ਤੇ ਉੱਥੇ ਮੇਰੀ ਮੁਲਾਕਾਤ ਯਾਸਿਨ ਮਲਿਕ ਨਾਲ ਹੋਈ। ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇਨ ਚੀਫ ਸੀ। ਉਦੋਂ ਬਾਅਦ ਉਹਨਾਂ ਨੇ ਆਪਦਾ ਹਥਿਆਰਬੰਦ ਸੰਘਰਸ਼ ਜਿਹੜਾ ਉਹ ਸੀਜ਼ ਫਾਇਰ ਹੋਈ ਤੇ ਉਹਨਾਂ ਨੇ ਫਿਰ ਇੱਕ ਪੀਸਫੁਲ ਸਟਰਗਲ ਸ਼ੁਰੂ ਕੀਤੀ। ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ 'ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ ਤਾਂ ਸੰਘਰਸ਼ ਉੱਥੋਂ ਤੱਕ ਪਹੁੰਚਦਾ, ਤੇ ਉਹਨਾਂ ਨੂੰ ਪੀਸਫੁਲ ਸਟਰਗਲ 'ਚ ਵੀ ਸਪੇਸ ਨਹੀਂ ਦਿੱਤੀ ਗਈ, ਚੱਕ ਚੱਕ ਜੇਲ੍ਹਾਂ 'ਚ ਸਿੱਟਤਾ। ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ, ਹਜੇ ਤਾਂ 2 ਮਹੀਨੇ ਹੀ ਲਏ ਆ। ਸੋ ਉਹਨੇ ਮੈਨੂੰ ਇੱਕ ਗੱਲ ਦੱਸੀ ਤੇ ਉਹ ਕਹਿੰਦਾ, ਉਹਨੇ ਮੈਨੂੰ ਇੱਕ ਪੋਇਟਰੀ ਸ਼ੇਅਰ ਦੱਸਿਆ, ਕਹਿੰਦਾ ਤੇਰੇ ਜਮ ਕੋ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ, ਤੇਰੇ ਜਾਨ ਸਾਰ ਚਲੇ ਗਏ। ਤੇਰੀ ਰਾਹ ਮੈਂ ਕਰਤੇ ਥੇ ਸਰ ਤਲਬ, ਸਰੇ ਰਾਹ ਗੁਜ਼ਰ ਚਲੇ ਗਏ। ਯੇ ਹਮ ਹੀ ਥੇ ਜਿਨਕੇ ਲਿਬਾਸ ਪਰ ਸਰੇ ਰਾਹ ਸਿਆਹੀ ਲਿਖੀ ਗਈ, ਯਹੀ ਦਾਗ ਸਜਾ ਸਜਾ ਕੇ ਹਮ ਸਰੇ ਬਜ਼ਮੇ ਯਾਰ ਚਲੇ ਗਏ। ਨਾ ਰਹਾ ਰੁਖੇ ਜਨੂਨੇ ਵਫਾ, ਯੇ ਰਸਮੋ ਯੇ ਦਾਰ ਕਰੋਗੇ ਕਿਆ। ਨਾ ਰਹਾ ਰਖੇ ਜਨੂਨੇ ਵਫਾ, ਯੇ ਰਸਮੋ ਯੇ ਦਾਰ ਕਰੋਗੇ ਕਿਆ। ਜਿਨ੍ਹੇ ਜ਼ੁਲਮੇ ਸਿਤਮ ਪਰ ਨਾਜ਼ ਥਾ, ਵੋ ਗੁਨੇਗਾਰ ਚਲੇ ਗਏ। ਯੇ ਹਮ ਹੀ ਥੇ ਜਿਨਕੇ ਲਿਬਾਸ ਪੇ ਸਰੇ ਰਾਹ ਸਿਆਹੀ ਲਿਖੀ ਗਈ, ਯਹੀ ਦਾਗ ਸਜਾ ਸਜਾ ਕੇ ਹਮ ਸਰੇ ਬਜ਼ਮੇ ਯਾਰ ਚਲੇ ਗਏ। ਹੁਣੇ ਜਦੋਂ ਮੈਨੂੰ ਉਹਨਾਂ ਨੇ ਸ਼ੇਰ ਸੁਣਾਇਆ, ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ। ਮੈਂ ਕਿਹਾ ਯਾਰ ਇੰਨੇ ਮੇਰੇ ਤੇ ਦੂਸ਼ਣਬਾਜ਼ੀ, ਇੰਨਾ ਕੁਛ ਗਦਾਰ, ਪਰਿਵਾਰ ਨੂੰ ਘੜੀਸ ਲਿਆ। ਕਹਿੰਦਾ ਬਾਈ ਜੀ, ਜਿਹੜੇ ਰਾਹ ਤੇ ਤੂੰ ਤੁਰ ਪਿਆ, ਜਿਹੜੀ ਧਿਰ ਨਾਲ ਮੱਥਾ ਲਾਈ ਬੈਠਾ, ਉਹਨਾਂ ਨੇ ਤੇਰੇ ਲਿਬਾਸ ਤੇ ਆਹੀ ਛਿੱਟੇ ਪਾਉਣੇ ਆ, ਇਹੀ ਛਿੱਟੇ, ਇਹੀ ਦਾਗ ਸਜਾ ਸਜਾ ਕੇ ਤੈਨੂੰ ਉਹ ਸਾਰੇ ਬਜ਼ਮੇ ਬਾਜ਼ਾਰਾਂ ਚੋਂ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ ਵੀ ਆਹ ਵੇਖੋ ਮੇਰੇ ਦਾਗ, ਆਹ ਵੇਖੋ ਮੇਰੇ ਛਿੱਟੇ। ਤੇ ਜਿਹੜੇ ਕਹਿੰਦੇ ਹੁੰਦੇ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ ਥੀ, ਤੇਰੇ ਜਾਨੇ ਸਾਰ ਚਲੇ ਗਏ, ਵੀ ਬਾਈ ਅਸੀਂ ਨਾਲ ਆ ਯਾਰ, ਅਸੀਂ ਕੋਈ ਨੀ ਤੇਰੇ ਨਾਲ ਆ ਖੜੇ ਆ, ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ। ਪਰ ਜਿਹੜੇ ਬੰਦਿਆਂ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ। ਹੁਣ ਜੇ ਅਗਲੀ ਵਾਰੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਹੋ ਜਾਈ, ਉਹ ਬੰਦੇ ਤੇਰੇ ਨਾਲ ਤੁਰਨਗੇ।